ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਵੜ ਤੇ ਪੰਜਾਬ ਪੁਲਿਸ ਕਨਸਟੇਬਲ ਜਿਹੜਾ ਉਹ ਰਿਜ਼ਲਟ ਅਨਾਉਂਸਮੈਂਟ ਹੋ ਚੁੱਕਾ ਹੈ ਤੇ ਰਿਜ਼ਲਟ ਦੇਖ ਕੇ ਮੇਰੇ ਮਾਈਂਡ ਵਿੱਚ ਇੱਕ ਗਾਣਾ ਯਾਦ ਆ ਰਿਹਾ ਮੈਂ ਹਿੰਦੀ ਫਿਲਮ ਦਾ Song ਹੈ ਇੱਕ ਗੋਲਮਾਲ ਹੈ ਬਈ ਸਭ ਗੋਲਮਾਲ ਹੈ ਤੇ ਹੈਨਾ ਕਿਉਂ ਆ ਰਿਹਾ ਮੇਰੇ ਮਾਈਂਡ ਵਿੱਚ ਗਾਣਾ ਦੇਖੋ ਇੱਕ ਮੇਰਾ ਸਬਸਕ੍ਰਾਈਬਰ ਸੀ ਬੱਚਾ ਕਾਫੀ ਵਧੀਆ ਇੰਟੈਲੀਜੈਂਟ ਸੀ ਤੇ ਪੜਦਾ ਕਾਫੀ ਵਧੀਆ ਸੀ ਹੈਨਾ ਤੇ ਇਸ ਦੀ ਤਿਆਰੀ ਸੀ ਤੇ ਉਹਦਾ ਅਨਸਰ ਕੀ ਸਾਰਾ ਕੁਝ ਮਤਲਬ ਕਿ ਮੈਂ ਚੈੱਕ ਕੀਤਾ ਉਸ ਬੱਚੇ ਦਾ ਤੇ ਉਸ ਦਾ ਜਿਹੜਾ ਕਿ ਇਸ ਲਿਸਟ ਵਿੱਚ ਨਾਮ ਨਹੀਂ ਆਇਆ 72 ਨੰਬਰ ਸੀ ਉਪਰ ਐਸਸੀ ਕੈਟਾਗਰੀ ਨਾਲ ਰਿਲੇਟਡ ਸੀ ਉਹ ਤਾਂ ਯਾਰ ਮੈਨੂੰ ਦੱਸੋ ਵੀਡੀਓ ਵਿੱਚ ਕਮੈਂਟ ਕਰਕੇ ਕਿ ਕਿਉਂ ਨਹੀਂ ਆਇਆ ਬਈ ਸ਼ਾਇਦ ਥੋੜੀ ਜਿਹੀ ਮੇਰੀ ਨੋਲਿਜ ਚ ਨਹੀਂ ਆ ਰਹੀ ਗੱਲ ਵੀ ਰਿਜ਼ਲਟ ਚ ਉਹ ਮਤਰੀ ਇਸ ਲਿਸਟ ਚੋਂ ਦਾ ਨਾਮ ਕਿਉਂ ਨਹੀਂ ਆਇਆ ਤਾਂ ਥੋੜਾ ਜਿਹਾ ਦੁੱਖ ਮੈਨੂੰ ਲੱਗਿਆ ਕਿਉਂਕਿ ਮੈਂ ਤਾਂ ਪੇਪਰ ਦਿੱਤਾ ਨਹੀਂ ਸੀ ਇਹ ਹੈ ਨਾ ਜਿਹੜੇ ਬੱਚੇ ਨੇ ਪੇਪਰ ਦਿੱਤਾ ਸੀ ਤੇ ਇੰਨੀ ਉਮੀਦ ਸੀ ਉਸ ਬੱਚੇ ਦੀ ਕੀ ਰਿਜ਼ਲਟ ਚ ਮੇਰਾ ਨਾਮ ਆਵੇਗਾ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਸਰ ਮੇਰਾ ਤਾਂ ਪੱਕਾ ਦੇਖੋ 72 ਨੰਬਰ ਬਣਦੇ ਨੇ ਸ਼ੋਰ ਹੈ ਮੇਰਾ 100% ਲਿਸਟ ਦੇ ਨਾਮ ਆਵੇਗਾ ਬਟ ਚੈੱਕ ਕੀਤਾ ਉਸਨੇ ਮੈਥੋ ਹੀ ਚੈੱਕ ਕਰਵਾਇਆ ਸਰ ਮੈਂ ਤਾਂ ਚੈੱਕ ਕਰ ਰਿਹਾ ਹੈ ਨਾ ਤੇ ਤੁਸੀਂ ਚੈੱਕ ਕਰਕੇ ਦੱਸੋਗੇ ਮੈਨੂੰ ਪਤਾ ਨਹੀਂ ਲੱਗਿਆ ਮੇਰਾ ਨਾਮ ਹੈ ਜਾਂ ਨਹੀਂ ਤੇ ਹੁਣ ਮੈਂ ਚੈੱਕ ਕੀਤਾ ਹੁਣ ਮੇਰੀ ਹਿੰਮਤ ਵੀ ਨਹੀਂ ਹੋ ਰਹੀ ਦੱਸਣ ਦੀ ਕਿ ਬਈ ਤੇਰਾ ਨਾਮ ਨਹੀਂ ਆਇਆ ਵੀਰੇ ਸੋ ਯਾਰ ਥੋੜਾ ਜਿਹਾ ਗੋਲਮਾਲ ਆਈ ਥਿੰਕ ਕਰਤਾ ਅੰਦਰ ਖਾਤੇ ਕਰਤਾ ਇਹਨਾਂ ਨੇ ਹੁਣ ਤੁਸੀਂ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਹੋ ਸਕਦਾ ਹੈ ਜਾਂ ਨਹੀਂ ਜਾਂ ਮੇਰੀ ਗਲਤਫਹਿਮੀ ਹੈ ਜਾਂ ਉਸ ਬੱਚੇ ਦੀ ਗਲਤਫਹਿਮੀ ਹੈ ਜਿਹਦੇ 72 ਨੰਬਰ ਬਣਦੇ ਸੀ ਤੇ ਐਸੇ ਕਿਟ ਕੈਟੇਗਰੀ ਨਾਲ ਸੀ ਤੇ ਹੁਣ ਜੇ ਤੇ ਇੱਕ ਗੱਲ ਹੋਰ ਜੇ ਹਾਲੇ ਤੱਕ ਤੁਸੀਂ ਰਿਜ਼ਲਟ ਚੈੱਕ ਨਹੀਂ ਕੀਤਾ ਕਰਨੀ ਹੈ ਸਿੱਧਾ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਜਾਣਾ ਤੇ نیچے ਇਹਨਾਂ ਨੇ ਦੇਖ ਸਕਦੇ ਤੁਸੀਂ ਕੋਸ ਟੇਬਲ ਦੇ ਉੱਤੇ ਰੈੱਡ ਜਿਹੜਾ ਲਿੰਕ ਦਿੱਤਾ ਹੋਇਆ ਇਸ ਤੇ ਆਪਾਂ ਕਲਿੱਕ ਕਰਾਂਗੇ ਤਾਂ ਨੀਚੇ ਇੱਕ ਹੋਰ ਲਿਸਟ ਖੁੱਲ ਜਾਵੇਗੀ ਇੱਥੇ ਕਲਿੱਕ ਇੱਥੇ ਆਪਾਂ ਕਲਿੱਕ ਕਰਾਂਗੇ ਇਸ ਤਰ੍ਹਾਂ ਦੀ ਲਿਸਟ ਆਪਣੀ ਓਪਨ ਹੋ ਜਾਵੇਗੀ ਐਥੇ ਤੁਸੀਂ ਆਪਣਾ ਰੋਲ ਨੰਬਰ ਜਾਂ ਨਾਮ ਚੈੱਕ ਕਰ ਸਕਦੇ ਹੋ